ਸਾਤਰਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਟੀਵੀ ਮੈਂਬਰ ਇਨਕੋਰਮਾਨ ਖਬਰਾਂ ਦੇ ਬ੍ਰਿਟਿਸ਼ ਤੁਹਾਡਾ ਸਵਾਗਤ ਖਬਰਾਂ ਦੇ ਬ੍ਰਿਟਨ ਦੇ ਸਪான்ਸਰ ਰੀਅਲ ਅਸਟੇਟ ਬਰੋਕਰ ਮੋਹਨ ਜੀਮਾਰ ਰੀਅਲ ਅਸਟੇਟ ਦੀ ਦੁਨੀਆ ਚ ਮਨਿਆ ਪ੍ਰਮੁੱਖ ਨਾਮ ਪੇਸ਼ ਨੇ ਪਹਿਲਾਂ ਚੁਣਵੀਆ ਖਬਰਾਂ ਅਮਰੀਕਾ ਨੇ ਜਨਵਰੀ ਦੌਰਾਨ ਕਾਬੂ ਕੀਤੇ 154000 ਗੈਰ ਕਾਨੂੰਨੀ ਪ੍ਰਵਾਸੀ ਸਾਰੇ ਵਿਚੰਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਵਿੱਚ ਰੈਲੀ ਕੈਨੇਡਾ ਵਿੱਚ 1173 ਅੰਤਰਰਾਸ਼ਟਰੀ ਵਿਦਿਆਰਥੀ ਰਹੇ ਹਨ ਰੋਲ ਕੈਨੇਡਾ ਦੀ ਸੰਸਦ ਵਿੱਚ ਜਲਦ ਪਾਸ ਹੋ ਰਿਹਾ ਨਵਾਂ ਬਿੱਲ ਕੈਨੇਡਾ 'ਚ ਰਹਿ ਰਹੇ ਲੋਕ ਹੁਣ ਬਿਨਾਂ ਸ਼ਰਤ ਲੈ ਸਕਣਗੇ ਪੀਆਰ ਯੂਏਈ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਫਲਾਈਟ ਟਿਕਟ ਹੋਈ ਸਸਤੀ ਬ੍ਰਿਟੇਨ ਨੇ ਰੂਸ ਨਾਲ ਤਣਾਅ ਦਰਮਿਆਨ 골ਡਨ ਵੀਜ਼ਾ ਵਿਵਸਥਾ ਕੀਤੀ ਖਤਮ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਨੇ ਕੀਤੇ ਵੱਡੇ ਐਲਾਨ ਰੂਸ ਅਗਲੇ ਕੁਝ ਦਿਨਾਂ ਵਿੱਚ ਯੂਕਰੇਨ ਤੇ ਕਰ ਸਕਦਾ ਹੈ ਹਮਲਾ ਜੋ ਵਾਈਡਨ ਰੂਸ ਆਪਣੀਆਂ ਫੌਜਾਂ ਨੂੰ ਯੂਕਰੇਨ ਦੇ ਹੋਰ ਨੇੜੇ ਲਾ ਜਾ ਰਿਹਾ ਅਮਰੀਕਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਮਾਮੂਲੀ ਕਮੀ ਆਈ ਹੈ ਪਰ ਬੇਰੰਗ ਚਿੱਠੀ ਵਾਂਗ ਰਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਦਰਜ ਕੀਤਾ ਗਿਆ ਜਨਵਰੀ ਮਹੀਨੇ ਦੌਰਾਨ ਅਮਰੀਕਾ ਦੇ ਕਸਟਮਜ਼ ਅਤੇ ਪਾਊਡਰ ਅਧਿਕਾਰੀਆਂ ਨੇ 1.5 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚੋਂ ਅੱਧੇ ਤੁਰੰਤ ਡਿਪੋਰਟ ਕਰ ਦਿੱਤੇ ਗਏ 75,455 ਪ੍ਰਵਾਸੀਆਂ ਵਿੱਚੋਂ ਕੁਝ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿੱਚ ਭੇਜੇ ਗਏ ਜਦਕਿ ਕੁਝ ਪ੍ਰਵਾਸੀਆਂ ਦੇ ਮਾਮਲਿਆਂ ਨੂੰ ਇਮੀਗ੍ਰੇਸ਼ਨ ਅਦਾਲਤਾਂ ਨੇ ਸੁਪਰਤ ਕਰ ਦਿੱਤਾ ਗਿਆ ਸਰੀ ਦੇ ਬੀਅਰ ਕ੍ਰੀਕ ਦੇ ਨੇੜੇ 88 ਐਵੈਨਿਊ ਅਤੇ ਕਿੰਗ ਜ਼ੋਰਜ ਦੇ ਕੋਨੇ ਨੇ ਤਰਕਸ਼ੀਲ ਰੈਸ਼ਨਲਿਸਟ ਸੁਸਾਇਟੀ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ ਬਹੁਤ ਸਾਰੇ ਲੋਕ ਹਿੱਤਾਂ ਨੂੰ ਪ੍ਰਣਾਏ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਰੈਲੀ ਦੀ ਸ਼ੁਰੂਆਤ ਕਰਦੇ ਹੋਏ ਸਕੱਤਰ ਪਰਮਿੰਦਰ ਕੌਰਸ ਵੈਚ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਵਿਦਿਆਰਥੀਆਂ ਦੇ ਹੋ ਰਹੇ ਸੋਸ਼ਾਣਾ ਜਿਸ ਵਿੱਚ ਵਿਦਿਆਰਥੀਆਂ ਨੂੰ ਟਾਰਗੇਟ ਕਰਕੇ ਕਮਿਊਨਿਟੀ ਵਿੱਚ ਫੁੱਟ ਪਾਉਣ ਦੀ ਗੱਲ ਕੁੜੀਆਂ ਦੇ ਦੇ ਵਿਪਾਰ ਦਾ ਤੰਦਾ ਕਰਨ ਆਦਿ ਬਾਰੇ ਦੱਸਿਆ ਅਤੇ ਸੋਸਾਇਟੀ ਦੇ ਨੌਜਵਾਨ ਮੈਂਬਰ ਰਾਜਵੀਰ ਚੋਹਾਨ ਨੇ ਬਹੁਤ ਹੀ ਵਿਸਥਾਰ ਨਾਲ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਜੋ ਮੋਂਟਰੀਅਲ ਦੇ ਤਿੰਨ ਕਾਲਜਾਂ ਦੇ ਦਿਵਾਲੀਆ ਹੋਣ ਤੇ ਆਈਆਂ ਨੇ ਤੇ ਉਹਨਾਂ ਕਾਲਜਾਂ ਦੀ ਅਸਲੀਅਤ ਕੀ ਇਹ ਤਿੰਨੇ ਕਾਲਜ ਇੱਕੋ ਪਰਿਵਾਰ ਚਲਾ ਰਹੇ ਸੀ ਉਹਨਾਂ ਨੇ ਇਹ ਜਾਣ ਬੁੱਝ ਕੇ ਫਰਾਡ ਕਿਵੇਂ ਕੀਤਾ ਹੈ ਇਸ ਨੂੰ ਦਿਵਾਲੀਆ ਕਹਿਣਾ ਹੀ ਗਲਤ ਹੈ ਉਸ ਪਰਿਵਾਰ ਦੇ ਮੈਂਬਰ ਮਿਸਟਰ ਜਸਟਿਨ ਟਰੂਡੋ ਦੇ ਨਾਲ ਪੰਜਾਬ ਵਿੱਚ ਉਹਨਾਂ ਦੀ ਫੇਰੀ ਸਮੇਂ ਡੈਲੀਗੇਸ਼ਨ ਦੇ ਤੌਰ ਤੇ ਗਏ ਸਨ ਉਦੋਂ ਹੀ ਇਹਨਾਂ ਨੇ ਇੱਕ ਕਾਲਜ ਨਹੀਂ ਬਿਜ਼ਨਸ ਖੋਲ ਲੈ ਕੇ ਕਹਿ ਸਕਦੇ ਹਾਂ ਇਹਨਾਂ ਵਿੱਚੋਂ 1173 ਵਿਦਿਆਰਥੀ ਜੋ ਇੱਥੇ ਰੋਲ ਰਹੇ ਨੇ ਜਿਨ੍ਹਾਂ ਦਾ ਸਟੂਡੈਂਟ ਵਰਕ ਪਰਮਿਟ ਵੀ ਜਾਂਦਾ ਲੱਗਾ ਹੈ ਉਹ ਵੀ ਕੰਮ ਨਹੀਂ ਕਰ ਸਕਦੇ ਉਹ ਗੁਰਦੁਆਰਿਆਂ ਜਾਂ ਪੰਜਾਬੀ ਭਾਈਚਾਰੇ ਦੀ ਮਦਦ ਨਾਲ ਦਿਨ ਕੱਟ ਰਹੇ ਨੇ 633 ਵਿਦਿਆਰਥੀ ਪੰਜਾਬ ਵਿੱਚ ਆਨਲਾਈਨ ਪੜ ਰਹੇ ਸਤਨ ਉਹਨਾਂ ਦਾ ਪੈਸਾ ਵੀ ਵਾਪਸ ਨਹੀਂ ਕੀਤਾ ਜਾ ਰਿਹਾ ਫੈਡਰਲ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਹੋਰ ਕਾਲਜਾਂ ਵਿੱਚ ਦਾਖਲਾ ਲੈ ਲੈਣ ਪਰ ਉਹਨਾਂ ਨੂੰ ਫੀਸਾਂ ਦੁਬਾਰਾ ਦੇਣਗੀਆਂ ਪੈਣਗੀਆਂ ਪਰ ਸਟੂਡੈਂਟਸ ਦੇ ਕੋਲ ਨਾ ਡਾਲਰ ਹਨ ਅਤੇ ਨਾ ਹੀ ਕੰਮ ਕਿਹਾ ਜਾ ਰਿਹਾ ਹੈ ਕਿ ਕੋਟ ਦਾ ਦਰਵਾਜ਼ਾ ਖੜਕਾਉਣ ਪਰ ਕਿਵੇਂ ਉਹਨਾਂ ਨੇ ਸਰਕਾਰ ਦੀਆਂ ਇਹਨਾਂ ਬੇਤੁਕੀਆਂ ਗੱਲਾਂ ਨੂੰ ਵੀ ਜੱਗ ਜ਼ਾਹਿਰ ਕੀਤਾ ਕੈਨੇਡਾ ਦੀ ਸੰਸਦ ਵਿੱਚ ਇੱਕ ਨਵਾਂ ਬਿਲ ਪਾਸ ਹੋ ਰਿਹਾ ਜਿਸ ਰਾਹੀਂ ਕੈਨੇਡਾ ਵਿੱਚ ਰਹਿ ਰਹੇ ਲੋਕ ਹੁਣ ਬਿਨਾਂ ਸ਼ਰਤ ਪੀਆਰ ਲੈ ਸਕਣਗੇ ਕੈਨੇਡਾ ਵਿੱਚ ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਉਹ ਲੋਕ ਜੋ ਪੀਆਰ ਪਾਉਣ ਲਈ ਕੁਝ ਸ਼ਰਤਾਂ ਪੂਰੀਆਂ ਕਰ ਰਹੇ ਸਨ ਜਿਨ੍ਹਾਂ ਵਿੱਚ ਵੱਡੀ ਸਮੱਸਿਆਵਾਂ ਆਇਲਸ ਦੀ ਵੀ ਹੈ ਨੂੰ ਲੈ ਕੇ ਇੱਕ ਬਿੱਲ ਸੰਸਦ ਭਵਨ ਵਿੱਚ ਪੇਸ਼ ਕੀਤਾ ਜਾ ਰਿਹਾ ਇਸ ਬਿੱਲ ਦੀ ਅਗਵਾਈ ਕਰ ਰਹੇ BC ਦੇ ਐਮਪੀ ਸਰਾਏ ਨੇ ਦੱਸਿਆ ਕਿ ਇਹ ਬਿੱਲ 2 ਫਰਵਰੀ ਨੂੰ ਪੇਸ਼ ਕੀਤਾ ਜਾਏਗਾ ਤੇ ਉਸਤੇ ਅਮਲ ਵੀ ਜਲਦੀ ਹੋਣ ਦੀ ਸੰਭਾਵਨਾ ਹੈ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਉਹ ਲੋਕ ਜੋ ਵਰਕ ਪਰਮਿਟ ਤੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਹਨ ਪਰ ਆਇਲਸ ਪਾਸ ਨਾ ਹੋਣ ਕਾਰਨ ਪੀਆਰ ਨਹੀਂ ਪਾ ਸਕਤੇ ਹੁਣ ਉਹਨਾਂ ਦੀ ਟੀਆਰ ਪੀਆਰ ਵਿੱਚ ਤਬਦੀਲ ਹੋ ਸਕੇਗੀ ਸੰਯੁਕਤ ਅਰਬ ਅਮੀਰਾਤ ਵਿੱਚ ਰਹਿਣ ਵਾਲੇ ਲੱਖਾਂ ਭਾਰਤੀਆਂ ਲਈ ਖੁਸ਼ਖਬਰੀ ਹੈ ਯੂਏਈ ਤੋਂ ਭਾਰਤ ਯਾਤਰਾ ਦਾ ਹਵਾਈ ਕਿਰਾਇਆ ਬਹੁਤ ਸਸਤਾ ਹੋ ਗਿਆ ਸ਼ਾਰਜਾ ਸਥਿਤ 에ਅਰ ਅਰਬੀਆ ਨੇ ਭਾਰਤ ਪਾਕਿਸਤਾਨ ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਲਈ ਵਿਸ਼ੇਸ਼ ਹਵਾਈ ਕਿਰਾਏ ਦਾ ਐਲਾਨ ਕੀਤਾ ਹੈ ਇਸ ਦੇ ਜ਼ਰੀਏ ਰਿਟਰਨ ਇਕਨੋਮੀ ਕਲਾਸ ਲਈ ਯਾਤਰੀ 760 ਦਰਮ ਜਾਂ 15528 ਰੁਪਏ ਵਿੱਚ ਟਿਕਟ ਬੁੱਕ ਕਰਾ ਸਕਦੇ ਨੇ 에ਅਰ ਅਰਬੀਆ ਪਿਛਲੇ ਕਈ ਮਹੀਨਿਆਂ ਤੋਂ ਅਲ ਖੇਮਾ ਅਤੇ ਸ਼ਾਰਜਾ ਹਵਾਈ ਅੱਡੇ ਲਈ ਸ਼ਟਲ ਬੇਸ ਸੇਵਾ ਵੀ ਜਾਰੀ ਰੱਖੀ ਹੋਈ ਹੈ ਬਜਟ ਕੈਰੀਅਰ ਕਹੇ ਜਾਣ ਵਾਲੇ 에어 ਅਰਬੀਆ ਨੇ ਕਿਹਾ ਕਿ ਇਸ ਆਫਰ ਦਾ ਲਾਭ ਲੈਣ ਲਈ ਯਾਤਰੀਆਂ ਨੂੰ 20 ਫਰਵਰੀ ਐਤਵਾਰ ਤੋਂ ਪਹਿਲਾਂ ਟਿਕਟ ਬੁੱਕ ਕਰਾਉਣੀ ਹੋਏਗੀ 에어 ਅਰਬੀਆ ਬਜਟ ਕਲਾਸ ਵਿੱਚ ਸਭ ਤੋਂ ਵੱਧ ਲੇਗ ਰੂਮ ਦੇਣ ਦਾ ਵਾਅਦਾ ਕਰਦਾ ਹੈ ਲੇਗ ਰੂਮ ਕਿਸੇ ਇੱਕ ਸੀਟ ਤੋਂ ਅੱਗੇ ਵਾਲੀ ਸੀਟ ਦੀ ਦੂਰੀ ਨੂੰ ਕਿਹਾ ਜਾਂਦਾ ਹੈ ਭਾਰਤੀਆਂ ਲਈ ਕੋਚ ਦਾ ਰਿਟਰਨ ਹਵਾਈ ਕਿਰਾਇਆ 760 ਦਹਿਰਮ ਹੈ ਦਿੱਲੀ ਅਤੇ ਬੰਬਈ ਲਈ ਇਹ ਕਿਰਾਇਆ 900 ਦਹਿਰਮ ਜਾਂ 18399 ਰੁਪਏ ਹੈ ਇਸ ਦੇ ਇਲਾਵਾ ਅਹਮਦਾਬਾਦ ਲਈ ਕਿਰਾਇਆ 1050 ਦਹਿਰਮ ਅਤੇ ਬੈਂਗਲੂਰੂ ਲਈ 1150 ਦਹਿਰਮ ਤੈਅ ਕੀਤਾ ਗਿਆ ਯੂਕੇ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਸੁਰੱਖਿਆ ਚਿੰਤਾਵਾਂ ਦਰਮਿਆਨ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ ਰਿਹائش ਦੀ ਪੇਸ਼ਕਸ਼ ਕਰਨ ਵਾਲੀ ਅਖੌਤੀ 골ਡਨ ਵੀਜ਼ਾ ਵਿਵਸਥਾ ਨੂੰ ਖਤਮ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਬ੍ਰਿਟੇਨ ਰੂਸ ਨਾਲ ਆਪਣੇ ਸਬੰਧਾਂ ਦੀ ਸਮੀਖਿਆ ਕਰਨ ਲਈ ਲਗਾਤਾਰ ਦਬਾਅ ਹਿੰਟਦੀ ਯੂਕੇ ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਟੀਆਰ1 ਨਿਵੇਸ਼ਕ ਵੀਜ਼ਾ ਵਿਵਸਥਾ ਨੇ ਪ੍ਰੇਸ਼ਟ ਅਮੀਰ ਲੋਕਾਂ ਨੂੰ ਬ੍ਰਿਟੇਨ ਵਿੱਚ ਪਹੁੰਚ ਦੇ ਮੌਕੇ ਪ੍ਰਦਾਨ ਕੀਤੇ ਨੇ ਮੰਤਰਾਲੇ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਇਸ ਵੀਜ਼ੇ ਕਾਰਨ ਸੁਰੱਖਿਆ ਚਿੰਤਾਵਾਂ ਪੈਦਾ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਕਈ ਕੇਸਾਂ ਵਿੱਚ ਨਜਾਇਜ਼ ਪੈਸੇ ਕਮਾਉਣ ਵਾਲੇ ਭ੍ਰਿਸ਼ਟਾਚਾਰ ਨਾਲ ਜੁੜੇ ਲੋਕਾਂ ਨੇ ਵੀ ਇਸ ਵੀਜ਼ੇ ਦਾ ਨਜਾਇਜ਼ ਫਾਇਦਾ ਉਠਾਇਆ ਯੂਕਰੇਨ ਤੇ ਰੂਸੀ ਹਮਲੇ ਦੇ ਖਤਰੇ ਕਾਰਨ ਬ੍ਰਿਟੇਨ ਵਿੱਚ ਰੂਸ ਦੀ ਪਹੁੰਚ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਗੈਰ ਕਾਨੂੰਨੀ ਧਨ ਵਿੱਤ ਤੇ ਲਗਾਮ ਲਗਾਉਣ ਲਈ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਬ੍ਰਿਟਿਸ਼ ਲੋਕਾਂ ਦਾ ਸਿਸਟਮ ਵਿੱਚ ਵਿਸ਼ਵਾਸ ਬਣਿਆ ਰਹੇ ਬ੍ਰਿਟੇਨ ਵਿੱਚ 2 ਲੱਖ ਪੌਂਡ ਜਾਂ ਉਸ ਤੋਂ ਵੱਧ ਦੀ ਰਾਸ਼ੀ ਦਾ ਨਿਵੇਸ਼ ਕਰਨ ਵਾਲਿਆਂ ਨੂੰ ਦੇਸ਼ ਵਿੱਚ ਨਿਵਾਸ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਪਰਿਵਾਰ ਨੂੰ ਵੀ ਨਾਲ ਰੱਖਣ ਦੀ ਆਗਿਆ ਦਿੱਤੀ ਜਾਂਦੀ ਹੈ ਇਹ ਵੀਜ਼ਾ ਸੰਬੰਧੀ ਨਿਯਮ 2008 ਤੋਂ ਪ੍ਰਭਾਵੀ ਹੈ ਸਰਕਾਰ ਨੇ ਕਿਹਾ ਕਿ ਉਹ ਤੁਰੰਤ ਪ੍ਰਭਾਵ ਨਾਲ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਇਸ ਵੀਜ਼ਾ ਸਹੂਲਤ ਨੂੰ ਬੰਦ ਕਰ ਰਹੀ ਹੈ ਅਜਿਹੇ ਜ਼ਿਆਦਾਤਰ ਵੀਜ਼ਾ ਤਾਰਕ ਰੂਸੀ ਲੋਕ ਨੇ ਆਲੋਚਕ ਲੰਬੇ ਸਮੇਤੋਂ ਇਹ ਸਵਾਲ ਕਰਦੇ ਰਹੇ ਨੇ ਕਿ ਇਸ ਨੀਤੀ ذریعے ਬ੍ਰਿਟੇਨ ਵਿੱਚ ਮਨੀ ਲਾਂਡਰਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਕੈਨੇਡਾ ਦੀ ਸੰਸਦ ਭਵਨ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਕਈ ਦਿਨਾਂ ਤੋਂ ਕਈ ਸੰਸਦ ਮੈਂਬਰਾਂ ਵੱਲੋਂ ਕਈ ਮੁੱਦਿਆਂ 'ਤੇ ਘੇਰਿਆ ਜਾ ਰਿਹਾ ਸੀ ਤੇ ਕਈ ਮਾਮਲੇ ਜੋ ਲੰਬੇ ਸਮੇਂ ਤੋਂ ਲਟਕਦੇ ਹੋਏ ਸਨ ਉਸ ਦਾ ਜਵਾਬ ਮੰਗ ਰਹੇ ਸਨ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਕਰੋਨਾ ਕਰਕੇ ਸਾਡੀ ਇਮੀਗ੍ਰੇਸ਼ਨ ਦੂਜੇ ਮੁਲਕਾਂ ਦੇ ਮੁਕਾਬਲੇ ਤੇਜ਼ ਰਹੀ ਹੈ। ਤੇ ਵੀਜ਼ਾ ਪ੍ਰਣਾਲੀ ਵੀ ਮੱਦਮ ਨਹੀਂ ਹੋ ਪਾਈ ਪਰ ਕੁਝ ਵੀਜ਼ੇ ਸਾਨੂੰ ਰੋਕਣੇ ਪਏ ਜਿਨ੍ਹਾਂ ਵਿੱਚ ਸਪਾਊਸ ਵੀਜ਼ਾ ਵੀ ਹੈ ਜੋ ਇਹਨਾਂ ਵੀਜ਼ਿਆਂ ਦੀਆਂ ਫਾਈਲਾਂ ਕਾਫੀ ਸਮੇਂ ਤੋਂ ਪੰਦਸਨ ਪਰ ਹੁਣ ਇਹਨਾਂ ਨੂੰ ਤੇਜ਼ੀ ਨਾਲ ਵਾਚਿਆ ਜਾ ਰਿਹਾ ਹੈ ਤੇ ਸਪਾਊਸ ਵੀਜ਼ਾ ਅਪਲਾਈ ਕਰਨ ਵਾਲੇ ਮਰਦ ਔਰਤ ਜੋ ਪੜਾਈ ਤੋਂ ਬਾਅਦ ਜਾਂ ਵਰਕ ਪਰਮਿਟ ਤੇ ਹੈ ਉਹਨਾਂ ਨੂੰ ਹਵਾਈ ਅੱਡੇ ਤੇ ਹੀ ਪੀਆਰ ਵਿੱਚ ਤਬਦੀਲ ਕਰਨ ਜਾ ਰਹੀ ਹੈ ਤੇ ਇਹ ਵੀਜ਼ੇ ਮਾਰਚ ਦੇ ਪਹਿਲੇ ਹਫਤੇ ਤੋਂ ਤੇਜ਼ੀ ਨਾਲ ਖੁੱਲ ਰਹੇ ਨੇ ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਹੁਨਰਮੰਦ ਕਾਮਿਆਂ ਦੀ ਕਮੀ ਨੂੰ ਦੇਖਦੇ ਹੋਏ ਸਾਡੀ ਸਰਕਾਰ ਕਈ ਬਦਲਾਅ ਕਰਕੇ ਉਹਨਾਂ ਨੂੰ ਕੈਨੇਡਾ ਆਉਣ ਦਾ ਮੌਕਾ ਦੇ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਨੇ ਵੀਰਵਾਰ ਨੂੰ ਕਿਹਾ ਕਿ ਇਸ ਗੱਲ ਦੇ ਕਈ ਸੰਕੇਤ ਮਿਲ ਰਹੇ ਹਨ ਕਿ ਰੂਸ ਅਗਲੇ ਕੁਝ ਦਿਨਾਂ ਵਿੱਚ ਯੂਕਰੇਨ ਤੇ ਹਮਲਾ ਕਰ ਸਕਦਾ ਹੈ। ਰੂਸ ਤੇ ਅਮਰੀਕਾ ਵਿਚਾਲੇ ਵਧੇ ਹੋਏ ਤਣਾਅ ਦੌਰਾਨ ਵਾਈਡਨ ਦੀ ਇਹ ਟਿੱਪਣੀ ਸਾਹਮਣੇ ਆਈ ਹੈ ਇਸ ਨਾਲ ਸ਼ੰਕਾ ਵਧ ਗਈ ਹੈ ਕਿ ਮਾਸਕੋ ਯੂਕਰੇਨ ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹਾਲਾਂਕਿ ਰੂਸ ਨੇ ਕਿਹਾ ਹੈ ਕਿ ਯੂਕਰੇਨ ਤੇ ਹਮਲਾ ਕਰਨ ਦੀ ਉਸਦੀ ਕੋਈ ਯੋਜਨਾ ਨਹੀਂ ਵਾਈਡਨ ਨੇ ਵਾਈਟ ਹਾਊਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਂ ਕਿ ਯੂਕਰੇਨ ਦੀ ਸਰਹੱਦ ਤੋਂ ਰੂਸੀ ਸੈਨਾ ਦੀ ਬਾਪਤੀ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ ਉਹਨਾਂ ਨੇ ਕਿਹਾ ਕਿ ਰੂਸ ਬਨਾਪਟੀ ਗੱਲਾਂ ਕਰ ਰਿਹਾ ਹੈ ਤੇ ਯੂਕਰੇਨ ਵਿੱਚ ਦਾਖਲ ਹੋਣ ਦਾ ਬਹਾਨਾ ਲੱਭ ਰਿਹਾ ਹੈ ਕਈ ਖਬਰਾਂ ਅਨੁਸਾਰ ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ਤੇ 1.5 ਲੱਖ ਸੈਨਿਕ ਤਾਇਨਾਤ ਕੀਤੇ ਹੋਏ ਹਨ ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਆਪਣੀਆਂ ਫੌਜਾਂ ਨੂੰ ਯੂਕਰੇਨ ਦੇ ਹੋਰ ਨਜ਼ਦੀਕ ਲਿਆ ਰਿਹਾ ਹੈ ਤੇ ਖੂਨ ਦਾ ਸਟਾਕ ਵੀ ਇਕੱਠਾ ਕਰ ਰਿਹਾ ਹੈ ਤੇ ਯੂਕਰੇਨ ਸੀਮਾ ਨੇੜੇ ਆਪਣੇ ਲੜਾਕੂ ਜਹਾਜ਼ ਉਡਾ ਰਿਹਾ ਇਹ ਜਾਣਕਾਰੀ ਅਮਰੀਕਾ ਦੇ ਰੱਖਿਆ ਸਕੱਤਰ ਲੌਇਡ ਆਸਟਨ ਨੇ ਦਿੰਦਿਆਂ ਇਸ ਗੱਲ ਨੂੰ ਨਕਾਰ ਦਿੱਤਾ ਕਿ ਰੂਸ ਯੂਕਰੇਨ ਦੀ ਸਰਹੱਦ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾ ਰਿਹਾ ਉਹਨਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਮੈਂ ਵੀ ਇੱਕ ਫੌਜੀ ਸੀ ਤੇ ਜਾਣਦਾ ਹਾਂ ਕਿ ਅਜਿਹੀਆਂ ਤਿਆਰੀਆਂ ਬਿਨਾਂ ਕਿਸੇ ਕਾਰਨ ਤੋਂ ਨਹੀਂ ਕੀਤੀਆਂ ਜਾਂਦੀਆਂ ਜ਼ਿਕਰ ਹੋਇਆ ਕਿ ਲਾਇਡ ਆਸਟਨ ਸੇਵਾਮੁਕਤ ਆਰਮੀ ਜਰਨਲ ਹਨ ਅਮਰੀਕਾ ਨੇ ਉਮੀਦ ਜਤਾਈ ਹੈ ਕਿ ਨਿਯਮ ਅਧਾਰਿਤ ਕਮਾਂਤਰੀ ਪ੍ਰਬੰਧ ਲਈ ਬਚਨਵਾਦ ਭਾਰਤ ਯੂਕਰੇਨ ਤੇ ਰੂਸੀ ਹਮਲੇ ਦੀ ਸੂਰਤ ਵਿੱਚ ਅਮਰੀਕਾ ਦਾ ਸਾਥ ਦੇਗਾ ਵਾਈਡਨ ਸਰਕਾਰ ਨੇ ਕਿਹਾ ਹੈ ਕਿ ਰੂਸ ਨੇ ਪਿਛਲੇ ਕੁਝ ਦਿਨਾਂ ਵਿੱਚ ਯੂਕਰੇਨ ਦੀ ਸਰਹੱਦ ਨੇੜੇ 7000 ਹੋਰ ਵਾਧੂ ਫੌਜੀ ਤਾਇਨਾਤ ਕੀਤੇ ਨੇ ਵਿਦੇਸ਼ ਮੰਤਰਾਲਾ ਦੇ ਤਰਜਮਾਨ ਨੈਡ ਪ੍ਰਾਈਸ ਨੇ ਦੱਸਿਆ ਕਿ ਚਾਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਵਿਚਕਾਰ ਮੁੰਨੇ ਜਹੇ ਮੈਲਬੌਰਨ ਵਿੱਚ ਹੋਈ ਬੈਠਕ ਦੌਰਾਨ ਰੂਸ ਅਤੇ ਯੂਕਰੇਨ ਦੇ ਮੁੱਦੇ ਤੇ ਚਰਚਾ ਹੋਈ ਸੀ ਭਾਰਤ ਆਸਟ੍ਰੇਲੀਆ ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਇਸ ਮੀਟਿੰਗ ਵਿੱਚ ਹਾਜ਼ਰ ਸਨ ਪ੍ਰੈਸ ਨੇ ਕਿਹਾ ਮੀਟਿੰਗ ਵਿੱਚ ਇਸ ਗੱਲ ਤੇ ਸਹਿਮਤੀ ਬਣੀ ਸੀ ਕਿ ਇਸ ਮਾਮਲੇ ਦੇ ਕੂਟਨੀਤਿਕ ਪੱਧਰ ਤੇ ਸ਼ਾਂਤੀਪੂਰਨ ਹੱਲ ਦੀ ਲੋੜ ਹੈ ਤਰਜਮਾਨ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੁਆਡ ਨਿਯਮਤ ਅਧਾਰਿਤ ਕੁਮਾਂਤਰੀ ਪ੍ਰਬੰਧ ਬਹਾਲ ਰੱਖਣ ਦੇ ਪੱਖ ਵਿੱਚ ਹੈ। ਨਿਯਮ ਅਧਾਰਿਤ ਪ੍ਰਬੰਧ ਹਿੰਪ੍ਰਸ਼ਾਂਤ ਖਿੱਤੇ ਵਿੱਚੋਂ ਇੱਕ ਸਮਾਨ ਲਾਗੂ ਹੁੰਦੇ ਨੇ। ਅਸੀਂ ਜਾਣਦੇ ਹਾਂ ਕਿ ਭਾਰਤੀ ਭਾਈਵਾਲ ਦੀ ਨਿਯਮ ਅਧਾਰਿਤ ਪ੍ਰਬੰਧਨ ਲਈ ਵਚਨਬੱਧ ਹੈ। ਇਹਨਾਂ 'ਚੋਂ ਇੱਕ ਨਿਯਮ ਇਹ ਹੈ ਕਿ ਸਰਹੱਦਾਂ ਮੁਰਤ ਤੋਂ ਜ਼ਬਰੀ ਤੈਅ ਨਹੀਂ ਕੀਤੀਆਂ ਜਾ ਸਕਦੀਆਂ ਨੇ। ਭਾਰਤ ਸਮੇਤ ਹੋਰ ਗੁਆਂਢੀ ਖਿਲਾਫ ਚੀਨ ਦੇ ਹਮਲਾਵਾਰ ਰਵੱਈਏ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਵੱਡੇ ਮੁਲਕ ਛੋਟੇ ਦੇਸ਼ਾਂ ਨੂੰ ਪਰੇਸ਼ਾਨ ਨਹੀਂ ਕਰ ਸਕਦੇ। ਕੋਈ ਵੀ ਮੁਲਕ ਆਪਣੀ ਵਿਦੇਸ਼ ਨੀਤੀ ਆਪਣੇ ਪਾਈਵਾਲ ਗੱਠ ਜੋੜ ਸਹਿਯੋਗ ਆਦ ਚੁਣਨ ਦੇ ਹੱਕਦਾਰ ਨੇ ਪ੍ਰੈਸ ਨੇ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਰੱਖਿਆ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ ਇਸ ਤੋਂ ਪਹਿਲਾਂ ਬਲਿੰਕਨ ਨੇ ਕਿਹਾ ਸੀ ਕਿ ਅਮਰੀਕਾ ਮਾਸਕੋ ਵੱਲੋਂ ਪਾਦਾ ਕੀਤੇ ਗਏ ਸੰਕਟ ਦੇ ਸ਼ਾਂਤੀਪੂਰਨ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕੈਨੇਡਾ ਦੇ ਉਹ ਟਾਵਾ ਵਿੱਚ ਵੀਰਵਾਰ ਨੂੰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੀ ਤਾਇਨਾਤੀ ਦੇ ਬਾਅਦ ਦੇਸ਼ ਵਿੱਚ ਕੋਵਿਡ-19 ਪਾਬੰਦੀਆਂ ਖਿਲਾਫ ਸੜਕਾਂ ਉੱਤੇ ਜਾਰੀ ਪ੍ਰਦਰਸ਼ਨ ਦਰਮਿਆਨ ਕਰੀਬ 3 ਹਫ਼ਤੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਟਰੱਕ ਚਾਲਕਾਂ ਨੂੰ ਆਪਣੇ ਖਿਲਾਫ ਬਲ ਪ੍ਰਯੋਗ ਦਾ ਖਦਸ਼ਾ ਸਤਾਉਣ ਲੱਗਾ ਹੈ ਰਾਜਧਾਨੀ ਵਿੱਚ ਕਰਮਚਾਰੀ ਲਗਾਤਾਰ ਦੂਜੇ ਦਿਨ ਸੰਸਦ ਦੇ ਬਾਹਰ ਕੰਡਿਆਲੀ ਤਾਰ ਲਗਾਉਂਦੇ ਦੇਖੇ ਅਤੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਣ ਦੀ ਚੇਤਾਵਨੀ ਵੀ ਦਿੱਤੀ। ਖੇਤਰ ਵਿੱਚ ਬਸਤਾ ਵਿੱਚ ਭਾਰ ਭਰ ਕੇ ਪੁਲਿਸ ਕਰਮੀਆਂ ਨੂੰ ਲਿਆਂਾਇਆ ਜਾ ਰਿਹਾ ਹੈ। ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੁਣ ਸਮਾਂ ਆ ਗਿਆ ਹੈ ਕਿ ਅਜਿਹੀ ਗੈਰਕਾਨੂੰਨੀ ਅਤੇ ਖਤਰਨਾਕ ਗਤੀਵਿਧੀਆਂ ਉੱਤੇ ਰੋਕ ਲਗਾਈ ਜਾਵੇ। ਜ਼ਿਕਰਯੋਗ ਹੈ ਕਿ ਸੰਸਦ ਤੋਂ ਕੁਝ ਹੀ ਦੂਰੀ ਉੱਤੇ 300 ਤੋਂ ਜ਼ਿਆਦਾ ਟਰੱਕ ਖੜੇ ਨੇ। ਉਹਨਾਂ ਨੇ ਕਿਹਾ ਉਹ ਸਾਡੀ ਮਾਲੀ ਹਾਲਾਤ ਤੇ ਸਾਡੇ ਵਪਾਰ ਸਾਂਝੇਦਾਰਾਂ ਲਈ ਖਤਰਾਂੇ ਉਹ ਜਨਤਕ ਸੁਰੱਖਿਆ ਲਈ ਖਤਰਾਂੇ ਉੱਥੇ ਹੀ ਇਸ ਆਜ਼ਾਦੀ ਕਾਫਲੇ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਵਿੱਚ ਕਈਆਂ ਨੇ ਇਸ ਸਟਾਪਨੀ ਉੱਤੇ ਬੇहद ਤਿਰਸਕਾਰਪਰੀ ਪ੍ਰਤੀਕਿਰਿਆ ਦਿੱਤੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਮਰੀਕਾ ਦੇ ਪੰਜਾਬੀ ਭਾਈਚਾਰੇ ਵਿੱਚ ਵੀ ਕਾਫੀ ਸਰਗਰਮੀ ਦੇਖੀ ਜਾ ਰਹੀ ਹੈ ਖਾਸ ਕਰਕੇ ਪੰਜਾਬੀਆਂ ਦੇ ਸੰਗਣੀ ਵਸਤੋ ਵਾਲੇ ਇਲਾਕੇ ਜਿਨ੍ਹਾਂ ਵਿੱਚ ਨਿਊਯਾਰਕ ਨਿਊ ਜਰਸੀ ਸ਼ਿਕਾਗੋ ਕੈਲੀਫੋਰਨੀਆ ਸਿਆਟਲ ਵਸ਼ਿੰਗਟਨ ਆਦ ਸਟੇਟਾਂ ਸ਼ਾਮਲ ਨੇ ਇੱਥੇ ਤਕਰੀਬਨ ਹਰ ਜਗ੍ਹਾ ਜਿਵੇਂ ਪੰਜਾਬੀਆਂ ਦੇ ਰੈਸਟੋਰੈਂਟ ਗੁਰੂ ਘਰ ਟੈਕਸੀਆਂ ਵਾਲੇ ਸਟੈਂਡ ਟਰੱਕਾਂ ਵਾਲੇ ਲਾਟ ਹੋਰ ਜਿੱਥੇ ਵੀ ਪੰਜਾਬੀ ਇਕੱਤਰ ਹੁੰਦੇ ਨੇ ਸਿਰਫ ਇੱਕ ਹੀ ਚਰਚਾ ਪੰਜਾਬ ਚ ਕਿਸ ਦੀ ਸਰਕਾਰ ਬਣੇਗੀ ਹੋ ਰਹੀ ਹੈ ਇਸ ਵਾਰ ਇੱਥੇ ਵੀ ਤਕਰੀਬਨ ਸਾਰੇ ਪੰਜਾਬੀ ਆਪਣੇ ਪਿੱਛੇ ਪੰਜਾਬ ਰਹਿੰਦੇ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਪੁੱਛਦੇ ਨੇ ਕਿ ਕਿਸ ਦੀ ਸਰਕਾਰ ਬਣੇਗੀ ਇਸ ਦੇ ਨਾਲ ਹੀ ਕਿਸ ਦੀ ਸਰਕਾਰ ਬਣੇਗੀ ਨੂੰ ਲੈ ਕੇ ਸ਼ਰਤਾਂ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਸਭ ਤੋਂ ਬਾਅਦ ਸ਼ਰਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਲੱਗ ਰਹੀਆਂ ਨੇ ਪਰ ਇਸ ਵਿੱਚ ਸਿਆਸੀ ਮਾਹਿਰ ਇਹ ਵੀ ਦੱਸ ਰਹੇ ਨੇ ਕਿ ਅਕਾਲੀ ਦਲ ਅਤੇ ਭਾਜਪਾ ਅਖੀਰ ਵਿੱਚ ਮਿਲ ਕੇ ਸਰਕਾਰ ਬਣਾ ਸਕਦੇ ਨੇ ਕਾਂਗਰਸ ਤੇ ਭਾਜਪਾ ਦੇ ਇਕੱਲੇ ਸਰਕਾਰਾਂ ਬਣਾਉਣ ਨੂੰ ਲੈ ਕੇ ਕੋਈ ਸ਼ਰਤ ਲਾਉਣ ਲਈ ਤਿਆਰ ਨਹੀਂ ਹੈ। ਪੱਛਮੀ ਦਿੱਲੀ ਵਿੱਚ ਪਾਲਮ ਇਲਾਕੇ ਵਿੱਚ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਦੇ ਅੰਮ੍ਰਿਤਸਰ ਜਾ ਰਹੇ ਜਹਾਜ਼ ਦੀ ਅਮਰਜੈਂਸੀ ਲੈਂਡਿੰਗ ਦਾ ਮਾਮਲਾ ਸਾਹਮਣੇ ਆਇਆ। ਕਜਹਾਸ 에어 ਵਿਸਤਾਰਾ ਦਾ ਸੀ ਤੇ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀ ਸੁਰੱਖਿਅਤ ਨੇ ਜਾਣਕਾਰੀ ਅਨੁਸਾਰ ਜਹਾਜ਼ ਦੀ ਹਾਈਡਰੌਲਿਕ ਬ੍ਰੇਕ ਕੰਮ ਨਹੀਂ ਕਰ ਰਹੀ ਸੀ ਜਿਸ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਪ੍ਰਾਪਤ ਜਾਣਕਾਰੀ ਅਨੁਸਾਰ 에어 ਵਿਸਤਾਰ ਦੇ ਜਹਾਜ਼ ਨੇ ਬੀਰਵਾਰ ਸਵੇਰੇ ਦਿੱਲੀ ਤੋਂ ਅੰਮ੍ਰਿਤਸਰ ਲਈ ਉਡਾਣ ਭਰੀ ਸੀ ਪਰ ਤਕਨੀਕੀ ਖਰਾਬੀ ਕਾਰਨ ਉਸ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਅੰਮ੍ਰਿਤਸਰ ਲਈ ਉਡਾਣ ਭਰਨ ਵਾਲੀ ਇਸ ਫਲਾਈਟ ਵਿੱਚ 146 ਯਾਤਰੀ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਉਡਾਣ ਪਰੰਤੋ ਤੁਰੰਤ ਬਾਅਦ ਪਾਇਲਟ ਨੂੰ ਜਹਾਜ਼ ਵਿੱਚ ਤਕਨੀਕੀ ਖਰਾਬੀ ਦਾ ਪਤਾ ਲੱਗਾ ਇਸ ਸੰਬੰਧੀ ਤੁਰੰਤ 에ਅਰਪੋਰਟ ਅਥਾਰਟੀ ਨਾਲ ਸੰਪਰਕ ਕੀਤਾ ਗਿਆ ਆਗਿਆ ਮਿਲਣ ਤੋਂ ਬਾਅਦ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕਰਵਾਈ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਵਿੱਚ ਅਮੁੱਲੀਤਵਾਰੀ ਅਥਾਰਟੀ ਦੁਆਰਾ ਐਮਰਜੈਂਸੀ ਅਲਾਰਮ ਬਜਾਇਆ ਗਿਆ ਸੀ ਇਸ ਦੇ ਨਾਲ ਹੀ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ ਵੀਰਵਾਰ ਸਵੇਰੇ 10:15 ਮਿੰਟ ਤੇ ਐਮਰਜੈਂਸੀ ਲੈਂਡਿੰਗ ਬਾਰੇ ਫੋਨ ਰਾਹੀਂ ਜਾਣਕਾਰੀ ਮਿਲੀ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ ਕੈਨੇਡਾ ਦੀ ਰਾਸ਼ਟਾਨੀ ਉਟਾਵਾ ਦੀਆਂ ਸੜਕਾਂ ਤੇ ਪ੍ਰਦਰਸ਼ਨ ਕਰਕੇ ਜਾਮ ਲਗਾਉਣ ਵਾਲੇ ਸੈਂਕੜੇ ਟਰੱਕ ਚਾਲਕਾਂ ਦੀ ਅਗਵਾਈ ਕਰ ਰਹੇ ਦੋ ਨੇਤਾਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਤਮਾਰਾ ਲਿਚ ਅਤੇ ਕ੍ਰਿਸ ਬਾਰਬਰ ਨੂੰ ਪਾਰਲੀਮੈਂਟ ਹਿੱਲ ਇਲਾਕੇ ਕੋਲੋਂ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਲਗਭਗ 3 ਹਫ਼ਤੇ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰਨ ਦੀ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਪਰ ਪ੍ਰਦਰਸ਼ਨਕਾਰੀ ਟਰੱਕ ਚਾਲਕ ਉੱਥੇ ਡਟੇ ਹੋਏ ਨੇ ਤੇ ਆਪਣੇ ਆਪਣੇ ਟਰੱਕਾਂ ਦੇ ਹਾਰਨ ਵਜਾ ਕੇ ਉੱਥੋਂ ਨਾ ਹਟਣ ਦਾ ਸੰਕੇਤ ਦੇ ਰਹੇ ਨੇ ਕੈਨੇਡਾ ਵਿੱਚ ਇੰਨੇ ਦਿਨੀ ਕੋਵਿਡ-19 ਟੀਕਾਕਰਨ ਅਤੇ વૈશ્વਿਕ ਮਹਾਮਾਰੀ ਸੰਬੰਧੀ ਪਾਬੰਦੀਆਂ ਖਿਲਾਫ ਵੱਡੇ ਪੈਮਾਨੇ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਟਰੱਕ ਚਾਲਕਾਂ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਟਰੱਕ ਨਾਲ ਜਾਮ ਲਗਾ ਦਿੱਤਾ ਤੇ ਕਈ ਥਾਵਾਂ ਤੇ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਰਾਹ ਰੋਕ ਦਿੱਤਾ ਹੈ ਵੱਡੀ ਗਿਣਤੀ ਵਿੱਚ ਪੁਲਿਸ ਕਰਮੀ ਓਟਾਵਾ ਦੇ ਪਾਰਲੀਮੈਂਟ ਹਿੱਲ ਇਲਾਕੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਸਰਕਾਰੀ ਇਮਾਰਤਾਂ ਦੇ ਚਾਰੇ ਪਾਸੇ ਕੰਡੇਦਾਰ ਤਾਰ ਲਗਾ ਕੇ ਉਹਨਾਂ ਦੀ ਘੇਰਾਬੰਦੀ ਕਰ ਦਿੱਤੀ ਪੁਲਿਸ ਨੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਨੂੰ ਬਾਰੀ ਲੋਕਾਂ ਲਈ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਪ੍ਰਦਰਸ਼ਨਕਾਰੀਆਂ ਦੀ ਸਹਾਇਤਾ ਲਈ ਉਹਨਾਂ ਨੂੰ ਆਉਣ ਤੋਂ ਰੋਕਿਆ ਜਾ ਸਕੇ ਉਟਾਵਾ ਪੁਲਿਸ ਦੇ ਅੰਤਰੀਮ ਮੁਖੀ ਬੇਲ ਨੇ ਕਿਹਾ ਕਿ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਕਾਰਵਾਈ ਜ਼ਰੂਰੀ ਸੀ ਸਟੀਵ ਬੇਲ ਨੇ ਕਿਹਾ ਕਿ ਅਸੀਂ ਸਖ਼ਰ ਕਾਨੂੰਨੀ ਪਰਦਰਸ਼ਨ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਨਾਗਰੇਕ ਹਵਾਵਾਜ਼ੀ ਮੰਤਰਾਲੇ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਤੇ ਲੋਕਾਂ ਨੂੰ ਕੱਢਣ ਲਈ ਇੱਕ ਵੱਡਾ ਫੈਸਲਾ ਲਿਆ ਹਵਾਵਾਜ਼ੀ ਮੰਤਰਾਲੇ ਨੇ ਭਾਰਤ ਤੇ ਯੂਕਰੇਨ ਵਿਚਾਲੇ ਉਡਾਣਾ ਅਤੇ ਸੀਟਾਂ ਦੀ ਗਿਣਤੀ ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ ਏਐਨਆਈ ਦੇ ਅਨੁਸਾਰ ਨਾਗਰੇਕ ਹਵਾਵਾਜ਼ੀ ਮੰਤਰਾਲਾ ਨੇ ਭਾਰਤੀ 에ਅਰਲਾਈਨਾਂ ਨੂੰ ਉਡਾਣ ਦੀ ਗਿਣਤੀ ਵਧਾਉਣ ਲਈ ਕਿਹਾ ਜਿਸ ਤੋਂ ਬਾਅਦ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇਗਾ ਸਾਨੂੰ ਦੱਸਦੀ ਹੈ ਕਿ ਭਾਰਤ ਯੂਕਰੇਨ ਤੇ ਦੇਸ਼ਾਂ ਵਿਚਾਲੇ ਨਾਗਰਿਕ ਹਵਾਵਾਜ਼ੀ ਅਥਾਰਟੀ ਅਤੇ ਵਾਕ-ਵਾਕ 에ਅਰਲਾਈਨਜ਼ ਵਿਚਾਲੇ ਉਡਾਣਾਂ ਦੀ ਗਿਣਤੀ ਵਧਾਉਣ ਬਾਰੇ ਗੱਲਬਾਤ ਹੋਈ ਸੀ ਜਿਸ ਤੋਂ ਬਾਅਦ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨੇ ਭਾਰਤ ਅਤੇ ਯੂਕਰੇਨ ਵਿਚਾਲੇ ਉਡਾਣਾਂ ਤੇ ਸੇਟਾਂ ਦੀ ਗਿਣਤੀ ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ ਮਹੱਤਮਪੂਰਨ ਗੱਲ ਇਹ ਹੈ ਕਿ ਕੇਵ ਸਥਿਤ ਭਾਰਤੀ ਦੂਤਵਾਸ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਡਰੋਂ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਭਾਰਤ ਆਉਣ ਦੀ ਸਲਾਹ ਦਿੱਤੀ ਹੈ ਦੂਤਵਾਸ ਨੇ ਕਿਹਾ ਕਿ ਉਹਨਾਂ ਨੂੰ ਕਬਰੌਣਾ ਨਹੀਂ ਚਾਹੀਦਾ ਸੱਗੋ ਭਾਰਤ ਦੀ ਯਾਤਰਾ ਲਈ ਜਲਦੀ ਤੋਂ ਜਲਦੀ ਉਪਲਬਧ ਅਤੇ ਸੁਵਿਧਾਜਨਕ ਫਲਾਈਟ ਵਿੱਚ ਟਿਕਟਾਂ ਬੁੱਕ ਕਰਨੀਆਂ ਚਾਹੀਦੀਆਂ ਨੇ ਦੂਤਵਾਸ ਨੇ ਇਹ ਵੀ ਕਿਹਾ ਕਿ ਉਡਾਣਾਂ ਦੀ ਵਾਧੂ ਮੰਗ ਨੂੰ ਪੂਰਾ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਕੈਨੇਡੀਅਨ ਕੁੜੀਆਂ ਨੇ ਵਿంటర్ 올림픽ਸ ਵਿੱਚ ਆਪਣੇ ਰਵਾਇਤੀ ਵਿਰੋਧੀ ਅਮਰੀਕਾ ਨੂੰ 3-2 ਨਾਲ ਹਰਾ ਕੇ ਹਾਕੀ ਮੁਕਾਬਲੇ ਦਾ 골ਡ ਮੈਡਲ ਜਿੱਤ ਲਿਆ ਕੈਨੇਡਾ ਦੀ ਇਸ ਜਿੱਤ ਵਿੱਚ ਕਪਤਾਨ ਮੈਰੀ ਫਿਲਪ ਦਾ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਨੇ ਦੋ ਗੋਲ打 ਕੇ ਕੈਨੇਡੀਅਨ ਕੁੜੀਆਂ ਨੇ 2010 ਤੋਂ ਬਾਅਦ ਪਹਿਲਾ ਵੱਡਾ ਕੁਮਾਂਤਰੀ ਮੁਕਾਬਲਾ ਜਿੱਤਿਆ ਹੈ ਹੈਰਾਨੀ ਇਸ ਗੱਲ ਦੀ ਹੈ ਕਿ 2019 ਵਿੱਚ ਕੈਨੇਡੀਅਨ ਟੀਮ ਵਰਲਡ ਚੈਂਪੀਅਨ ਦੇ ਫਾਈਨਲ ਤੱਕ ਵੀ ਨਹੀਂ ਪਹੁੰਚ ਸਕੀ ਸੀ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਕਾਰ ਹਾਦਸੇ ਦਾ ਚਸ਼ਮਦੀਦ ਪੁਲਿਸ ਨੂੰ ਮਿਲ ਗਿਆ ਹੈ ਪਰthak darshi ਮੁਹੰਮਦ ਯੂਸਫ ਖਾਨ ਦੀ ਕਾਰ ਦੇ ਬਰਾਬਰ ਹੋ ਕੇ ਹੀ ਸਿੱਧੂ ਦੀ ਕਾਰ ਨਿਕਲੀ ਸੀ ਯੂਸਫ ਨੂਦੇ ਪੁਨਹਾਣਾ ਪਿੰਡ ਦਾ ਰਹਿਣ ਵਾਲਾ ਹੈ ਉਸ ਨੂੰ ਤੁਰੰਤ ਬਾਅਦ ਵਿੱਚ ਇਹ ਹਾਦਸਾ ਵਾਪਰਿਆ ਉਸ ਨੇ ਹੀ ਟਰੱਕ ਡਰਾਈਵਰ ਦੇ ਮੋਬਾਈਲ ਤੋਂ ਪੁਲਿਸ ਨੂੰ ਫੋਨ ਕਰਕੇ ਹਾਦਸੇ ਦੀ ਸੂਚਨਾ ਦਿੱਤੀ ਸੀ ਹਾਦਸਾ ਸਕੋਰਪਿਓ ਦੀ ਅਤਿਅੰਤ ਤੇਜ਼ ਰਫਤਾਰ ਕਾਰਨ ਵਾਪਰਿਆ ਪੁਲਿਸ ਅਨੁਸਾਰ ਇਸ ਦੀ ਰਫਤਾਰ 122 ਕਿਲੋਮੀਟਰ ਪ੍ਰਤੀ ਘੰਟਾ ਸੀ ਜਦਕਿ ਟਰੱਕ ਦੀ ਰਫਤਾਰ 40 ਕਿਲੋਮੀਟਰ ਦੇ ਕਰੀਬ ਸੀ ਦੂਜੇ ਪਾਸੇ ਪੁਲਿਸ ਨੇ ਹਾਦਸੇ ਦੇ ਮਲਜ਼ਮ ਟਰੱਕ ਡਰਾਈਵਰ ਨੂਦੇ ਸਿੰਗਾਰ ਪਿੰਡ ਨਿਵਾਸੀ ਕਾਸਿਮ ਨੂੰ ਗ੍ਰਿਫਤਾਰ ਕਰ ਲਿਆ ਯੂਸਫ ਅਨੁਸਾਰ ਹਾਦਸੇ ਵਿੱਚੋਂ ਉਸਨੇ ਆਪਣੀ ਕਾਰ ਪਾਸੇ ਲਾ ਕੇ ਸਕੋਰਪਿਓ ਚੋਂ ਲੜਕੀ ਨੂੰ ਬਾਹਰ ਕੱਢਿਆ ਤੇ ਸੜਕ ਕਿਨਾਰੇ ਲਟਾਇਆ ਉਹ ਠੀਕ ਸੀ ਤੇ ਉਸਤੇ ਲੱਕ ਤੇ ਮਾੜੀ ਜਹੀ ਛੱਟ ਲੱਗੀ ਸੀ ਉਸ ਵੇਲੇ ਦੀਪ ਤੇ ਸਾਥ ਚੱਲ ਰਹੇ ਸਨ ਪਰ ਉਹ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਯੂਸਫ ਨੇ ਲੜਕੀ ਰੀਨਾ ਤੋਂ ਨੰਬਰ ਲੈ ਕੇ ਦੀਪ ਦੇ ਭਰਾ ਨੂੰ ਫੋਨ ਕੀਤਾ ਰੀਨਾ ਨੇ ਹੀ ਯੂਸਫ ਨੂੰ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਣ ਵਾਲਾ ਦੀਪ ਸਿੱਧੂ ਹੈ ਡਰਾਈਵਰ ਨੂੰ ਸ਼ੁਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਬ੍ਰਾਜ਼ੀਲ ਦੇ ਪਹਾੜੀ ਸ਼ਹਿਰ ਪ੍ਰੋਟੋਪਾਲਿਸ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਵੀਰਵਾਰ ਨੂੰ 117 ਹੋ ਗਈ ਅਤੇ 116 ਲੋਕ ਅਜੇ ਵੀ ਲਾਪਤਾ ਨੇ ਇਸ ਸ਼ਹਿਰ ਵਿੱਚ 3 ਘੰਟੇ ਵਿੱਚ 10 ਇੰਚ ਤੋਂ ਜ਼ਿਆਦਾ ਮੀਂਹ ਪਿਆ ਜਦਕਿ ਇੰਨਾ ਮੀਂਹ ਪਿਛਲੇ 30 ਦਿਨਾਂ ਵਿੱਚ ਪਿਆ ਸੀ ਰੀਓ ਡੀ ਜਨੇਰੀਓ ਰਾਜ ਸਰਕਾਰ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਪੁਸ਼ਟੀ ਕੀਤੀ ਹੈ ਕਈ ਲੋਕਾਂ ਦੇ ਮਿੱਟੀ ਵਿੱਚ ਦਬੇ ਹੋਣ ਦਾ ਖਦਸ਼ਾ ਹੈ ਦਹਾਕੀਆਂ ਦੇ ਸਭ ਤੋਂ ਭਿਆਨਕ ਮੀਂਹ ਦੌਰਾਨ ਹੜ੍ਹ ਆਉਣ ਅਤੇ ਮਿੱਟੀ ਤਸਣ ਕਾਰਨ ਵੀਰਵਾਰ ਨੂੰ ਗੱਡੀਆਂ ਅਤੇ ਮਕਾਨ ਰੁੜ ਗਏ ਇੱਕ ਵੀਡੀਓ ਵਿੱਚ ਦੋ ਬੱਸਾਂ ਨੂੰ ਨਦੀ ਵਿੱਚ ਡੁੱਬਦੇ ਦੇਖਿਆ ਗਿਆ ਸ਼ਹਿਰ ਵਿੱਚ ਜ਼ਮੀਨ ਖਿਸਕਣ ਦੀਆਂ ਹੋਰ ਘਟਨਾਵਾਂ ਵਾਪਰਨ ਦਾ ਖਦਸ਼ਾ ਹੈ ਅਧିକਾਰੀਆਂ ਨੇ ਕਿਹਾ ਕਿ ਜ਼ੋਖਾਂ ਵਾਲੇ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਉੱਥੋਂ ਕੱਢਣਾ ਚਾਹੀਦਾ ਹੈ ਸਥਾਨਕ ਨਿਵਾਸੀ ਰੋਸਲੀਨ ਵਰਜ਼ੀਨੀਆਂ ਨੇ ਕਿਹਾ ਕਿ ਉਸ ਦਾ ਪ੍ਰਾਪ ਬਹੁਤ ਮੁਸ਼ਕਿਲ ਨਾਲ ਬਚਿਆ ਤੇ ਉਸ ਨੂੰ ਚਮਤਕਾਰ ਮੰਨਦੀ ਹੈ ਪਰ ਉਸ ਦਾ ਇੱਕ ਦੋਸਤ ਅਜੇ ਤੱਕ ਨਹੀਂ ਮਿਲਿਆ ਪ੍ਰਿਯ پولیس ਨੇ ਮੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਰੀਬ 200 에ਜੰਟ ਜਾਂਚ ਚੌਕੀਆਂ ਸ਼ਰਨਾਰਥੀ ਕੈਂਪਾਂ ਅਤੇ ਸ਼ਹਿਰ ਦੇ ਮੁਰਦਾ ਘਰ ਵਿੱਚ ਜਾ ਕੇ ਜਿਉਂਦਾ ਮ੍ਰਿਤਕ ਅਤੇ ਲਾਪਤਾ ਲੋਕਾਂ ਦੀ ਸੂਚੀ ਬਣਾ ਰਹੇ ਨੇ ਉਹਨਾਂ ਨੇ ਤਿੰਨ ਲੋਕਾਂ ਨੂੰ ਇੱਕ ਸਥਾਨਕ ਸਕੂਲ ਵਿੱਚ ਜਿਉਂਦਾ ਦੇਖਣ ਦੇ ਬਾਅਦ ਉਹਨਾਂ ਨੂੰ ਲਾਪਤਾ ਲੋਕਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਾਸ਼ਟ੍ਰਿਕ